ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਜੀ ਆਇਆਂ ਨੂੰ ਜੀ ਇੱਥੇ ਇੱਕੋ ਪਰਿਵਾਰ ਦੇ 6 ਮੈਂਬਰਾਂ ਨੇ ਇਕੱਠੇ ਪੀਤਾ ਜ਼ਹਿਰ ਤੇ ਕਾਰਨ ਜਾਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦਿਓ ਗੁਜਰਾਤ ਦੇ ਵਡੋਰਾ ਸ਼ਹਿਰ ਵਿੱਚ ਇੱਕ ਪਰਿਵਾਰ ਵੱਲੋਂ ਸਮੂਹਿਕ ਉਧਘੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸ਼ਹਿਰ ਦੇ ਸਮਾਇ ਇਲਾਕੇ ਦੀ ਸਵਾਤੀ ਸੁਸਾਇਟੀ ਵਿੱਚ ਰਹਿੰਦੇ ਸੋਨੀ ਪਰਿਵਾਰ ਦੇ 6 ਮੈਂਬਰਾਂ ਨੇ ਜ਼ਹਿਰ ਪੀਤਾ ਜਿਸ ਨਾਲ ਤਿੰਨ ਦੀ ਮੌਤ ਹੋ ਗਈ ਜਦੋਂ ਕਿ ਹਸਪਤਾਲ ਵਿੱਚ ਪਹੁੰਚੀ ਤਿੰਨ ਹੋਰ ਮੈਂਬਰਾਂ ਦੀ ਹਾਲਤ ਨਾਜ਼ੁਕ ਬਣ ਗਈ ਹੈ ਖੁਦਗੁਸ਼ੀ ਦਾ ਕਾਰਨ ਵਿਤੀ ਸੰਕਰ ਦੱਸਿਆ ਗਿਆ ਸਵਾਤੀ ਸੁਸਾਇਟੀ ਦੇ ਮਕਾਨ ਨੰਬਰ 13 'ਚ ਰਹਿਣ ਵਾਲੇ ਨਰਿੰਦਰ ਸੋਨੀ, ਪਾਵਨੀ ਸੋਨੀ, ਦੀਪਤੀ ਸੋਨੀ, ਰੀਆ ਸੋਨੀ, ਊਰਵੀ ਸੋਨੀ ਤੇ ਕੀਟਾਨਾਸ਼ਕ ਦਵਾਈ ਦਾ ਸੇਵਨ ਕੀਤਾ ਹਾਲਾਤ ਵਿਗੜਨ ਤੇ ਰੋਂਦੀ ਆਵਾਜ਼ ਸੁਣ ਕੇ ਗਵਾਂਡੀ ਘਰਵਾਲ ਭੱਜੇ ਅਤੇ 108 ਐਂਬੂਲੈਂਸਾਂ ਅਤੇ ਪੁਲਿਸ ਨੂੰ ਸੂਚਿਤ ਕੀਤਾ ਹਾਲਾਂਕਿ ਉਦੋਂ ਤੱਕ ਤਿੰਨ ਦੀ ਮੌਤ ਹੋ ਚੁੱਕੀ ਸੀ ਜਿਸ ਦੇ ਵਿੱਚ ਪਿਤਾ ਅਤੇ ਤੀ ਸ਼ਾਮਲ ਹਨ ਪੁਲਿਸ ਦੀ ਇੱਕ ਟੀਮ ਤਾਂ ਉੱਥੇ ਮੌਕੇ ਤੇ ਪਹੁੰਚ ਗਈ ਪਰ ਕੋਈ ਵੀ ਸੁਸਾਇਡ ਨੋਟ ਨਹੀਂ ਮਿਲਿਆ ਪਰ ਗੁਆਂਢੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਪਰਿਵਾਰ ਵਿਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਸੀ ਸ਼ਾਇਦ ਇਸ ਲਈ ਸਾਰੇ ਪਰਿਵਾਰ ਨੇ ਮਿਲ ਕੇ ਜ਼ਹਿਰ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਮਾਮਲੇ ਦੀ ਜਾਂਚ ਹਲੇ ਵੀ ਚੱਲ ਰਹੀ ਹੈ ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਵਿੱਚ ਆਪਣੇ ਵਿਚਾਰ ਜਰੂਰ ਦਿਓ ਜੇ ਅਤੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ